ਲਾਰੋ ਅਸਮਾਨ ਰਹੀਮ ਅਸਲਾਮ ਅਲੈਕਮ ਵੇਖ ਰਹੇ ਤੁਸੀਂ ਆਪਣਾ ਕਰਨਾਲਾ ਚੈਨਲ ਤੇ ਮੈਂ ਤੁਹਾਡਾ ਮੇਜ਼ਬਾਨ ਬਲਾਲ ਅਜ਼ਮਤ ਭਰਾਵਾਂ ਵਾਸਤੇ ਰੋਜ਼ਾਨਾ ਦੀ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਆਵੀ ਜਾਂ ਇਨਸ਼ਾਅੱਲਾ ਉਮੀਦ ਕਰਨਾ ਵੀਡੀਓ ਨੂੰ ਪਸੰਦ ਵੀ ਕਰਦੇ ਹੋ ਲਾਈਕ ਵੀ ਕਰਦੇ ਹੋ ਸ਼ੇਅਰ ਵੀ ਕਰਦੇ ਹੋ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਕਰਨਾ ਸਬਸਕ੍ਰਾਈਬ ਤੇ ਬੈਲ ਆਈਕਾਨ ਦਾ ਬਟਨ ਜ਼ਰੂਰ ਦਬਾ ਲੈਣਾ ਤਾਂ ਕਿ ਸਾਡੀ ਹਰ ਆਉਣ ਵਾਲੀ ਵੀਡੀਓ ਜਿਹੜੀ ਤੁਹਾਡੇ ਤੱਕ ਬਆਸਾਨੀ ਪਹੁੰਚ ਸਕੇ। ਲਓ ਜੀ ਵੀਡੀਓ ਇਸ ਤਰ੍ਹਾਂ ਦੀ ਬਣਾਉਣ ਲੱਗੇ ਹਾਂ। ਅੱਗੇ ਤੁਸੀਂ ਵੀਡੀਓ ਤੱਕਦੇ ਹੋ ਪਏ ਭਰਾ ਮੌਲਵੀ ਉਮਰ ਸਾਹਿਬ ਦੀ, ਮੈਨੂੰ ਇਹਨਾਂ ਪਹਿਲਾਂ ਨਹੀਂ ਜ਼ਰਾ ਦੱਸਿਆ ਹਾਂ, ਇਹਨਾਂ ਦੇ ਦੋਸਤ ਨੇ ਮਾਸ਼ਾਅੱਲਾ ਉਹਨਾਂ ਕੋਲ ਮਾਝੀ ਇੱਕ, ਨਹੀਂ ਤਾਂ ਉਸੇ ਵੀਡੀਓ 'ਚ ਨਾ ਐਡ ਕਰ ਦੇਣੀ। ਚਲੋ ਇਹ ਵੱਖਰਾ ਇੱਕ ਵੀਡੀਓ ਅਸੀਂ ਸੱਚ ਆਡ ਦਿੰਦੇ ਹਾਂ, ਜਿਸ ਕਿਸੇ ਭਰਾ ਨੂੰ ਪਸੰਦ ਆਈ ਮਾਝ ਤਾਂ ਮੌਲਵੀ ਸਾਹਿਬ ਨਾਲ ਰਾਬਤਾ ਕਰ ਲੈਣਾ। ਪਿੰਡ ਇਹਨਾਂ ਦਾ ਕੰਗਸਾਲੀ ਨਜ਼ਦ ਮੁਗੋਵਾਲ, ਜਿਹੜੀ ਗੁਜਰਾਤ ਰੋਡ ਨਿਕਲਦੀ ਹੈ ਨਾ ਸਰਗੋਧਾ ਰੋਡ, ਉਸ ਰੋਡ 'ਤੇ ਮੁਗੋਵਾਲ ਆਉਂਦਾ, ਅੱਗੇ ਮੁਗੋਵਾਲ ਅਗਲੇ ਪਾਸੇ ਇਹਨਾਂ ਦਾ ਪਿੰਡ ਏ 3 ਕਿਲੋਮੀਟਰ 'ਤੇ ਕੰਗਸਾਲੀ ਮੇਨ ਰੋਡ ਦੇ ਉੱਤੇ। ਅਤੇ ਮਾਸ਼ਾਅੱਲਾ ਮੌਲਵੀ ਸਾਹਿਬ ਨਾਲ ਪੁੱਛ ਲੈਂਦੇ ਹਾਂ ਕਿ ਮਾਝ ਦਾ ਕੀ ਸਵਾਲ ਆਉਣਾ। ਅਸਲਾਮ ਅਲੈਕਮ। ਵਾਲੇਕੁਮ ਸਲਾਮ। ਮੌਲਵੀ ਸੁਣਾਓ ਕੀ ਹਾਲ ਹੈ? ਅਲਹਮਦੁਲਿਲਾ ਮਾਸ਼ਾਅੱਲਾ। ਮੌਲਵੀ ਜੀ ਮਾਈ ਕੀ ਸਵਾਲ ਆਉਂਦੀ ਜੀ ਇਸ ਟਾਈਮ? ਬਲਾਲ ਦੂਜਾ ਸਵਾਲ ਆਉਣਾ ਮੱਝ ਨੇ। ਤੇਰਾ ਸਾਹਿਬ ਮਾਈ ਵਹਾਓ ਭਰਾਵਾਂ ਨੂੰ, ਦੂਸਰਾ ਸਵਾਲ ਮਾਈ ਨੇ ਹੁਣ ਲੈਣਾ। ਦੂਸਰਾ ਸਵਾਲ, ਕਿੰਨੇ ਕੁ ਦਿਨ ਲੈਂਦੀ ਜੀ ਮਾਝ ਇਸ ਟਾਈਮ? ਦਿਹਾੜੇ ਕੰਮ ਸੇ ਕੰਮ ਹੈ ਜੇ ਮਾਈ ਚਲੀ ਟੋਰੋ 20-25 ਦਿਨ ਲੈਂਦੀ ਜੀ ਮੱਝ ਜੇ 20-25 ਦਿਨ ਨਾ ਜਿਹੜੇ ਉਹ ਮਾਝ ਜੀ ਲੈ ਜੇ ਜੀ। ਮਾਸ਼ਾਅੱਲਾ ਜੀ ਤੇਰਾ ਸਾਹਿਬ ਜੀ ਮੇਰੀ ਮਾਝ ਭਰਾਵਾਂ ਨੂੰ ਸਦੀ ਨਾਲ ਬਹਾਦਰ ਨਹੀਂ ਹੈ, ਉੱਠਾ ਲਿਬਾਸ ਥਾਣ ਪੂਰੀ ਤਸੱਲੀ ਕਰਵਾਉਣੀ ਹੈ ਮਾਈ ਦੀ। ਉਹ ਵੀ ਨੰਬਰ ਪਾਇਰਾਂ ਦਾ ਲਾਣਾ ਜੀ ਆਪਣਾ ਹੀ ਲਾਣਾ ਜੀ ਇਸ ਵੀਡੀਓ ਤੇ ਲਈ? ਨਹੀਂ ਨੰਬਰ ਆਪਣੇ ਹੀ ਲੱਗ ਜਾਂਦਾ, ਨੰਬਰ ਤਾਂ ਕੋਈ ਨਹੀਂ। ਫੋਨ ਨੰਬਰ ਬੋਲਾਂ ਫਿਰ ਮਾਈ ਦੀ ਗੱਲਬਾਤ ਪੁੱਛਣੀ ਆ। 0348 ਜੀ 47-82-255 ਠੀਕ ਹੋ ਗਿਆ ਜੀ। ਇਸ ਨੰਬਰ 'ਤੇ ਰਾਬਤਾ ਮੌਲਵੀ ਸਾਹਿਬ ਨਾਲ ਕਰ ਲੈਣਾ ਕਿ ਅੱਗੇ ਵੀਡੀਓ ਇਹਨਾਂ ਦੀ ਚੱਲਦੀ ਪਈ ਹੈ, ਜਿਹਦੇ 'ਚ 3 ਕੱਟੇ ਨੇ ਅਤੇ 2 ਵੱਛੇ ਨੇ ਜਾਂ ਉਹਦੀ ਵਿਜ਼ਿਟ ਕਰਨਾ ਅਤੇ ਇਹ ਵੀ ਭਰਾਵਾਂ ਨੇ ਮਾਝ ਵੇਖ ਲੈਣੀ ਹੈ। ਮਾਸ਼ਾਅੱਲਾ ਮਾਝ ਚੰਗੀ ਹੈ। ਮੌਲਵੀ ਜੀ ਪਹਿਲੇ ਸਵੇਰ ਮਾਈ ਕਿੰਨਾ ਕੁ ਦੁੱਧ ਦਿੰਦੀ ਰਹੀ ਜੀ? ਦੁੱਧ ਤਲਖ ਬਲਾਲ ਦੁੱਧ ਦਿੰਦੀ ਰਹੀ ਹੈ ਮੱਝ 14-15 ਕਿਲੋ। ਠੀਕ ਹੈ, ਆਪਣੀ ਨਾਰਮਲ ਰੂਟੀਨ? ਨਾਰਮਲ ਰੂਟੀਨ 'ਚ ਕੋਈ ਡੇਰੀ ਵਾਲਾ ਕੰਮ ਕੋਈ ਨਹੀਂ ਕਿ ਅੱਗੇ ਹੁਣ ਟੁੱਕਰ ਪੈ ਰਹੇ ਨੇ ਗਿਆ ਸ਼ਾ ਪੈ ਰਹੀ ਹੈ, ਆਮ ਸਾਦੇ ਸਿਸਟਮ ਵਿੱਚ। ਠੀਕ ਹੈ, 14-15 ਕਿਲੋ ਮੱਝ ਨੂੰ ਮੈਸ਼ੀ ਹੈ, ਬਿਲਕੁਲ ਬਰੀਕ ਹੈ, ਵਧਾ ਕਾਲੀ ਮੱਝ ਹੈ, ਸੋਹਣੀ ਹੈ। ਮਾਸ਼ਾਅੱਲਾ ਜੀ ਕੀ ਬਾਤ ਹੈ ਤੇਰਾ ਸਾਹਿਬ। ਇਹ ਬਲਾਲ ਤਿਆਰ ਨਹੀਂ ਹੋਈ, ਮੱਝ ਤਿਆਰ ਹੋਵੇਗੀ ਨਾ ਜੀ ਤੇ ਪਿੱਛੇ ਮੇਲਾ ਲਾਏਗੀ। ਕੀ ਬਾਤ ਹੈ ਜੀ ਮਾਸ਼ਾਅੱਲਾ। ਲੋ ਜੀ ਮਾਈ ਤਿਆਰ ਹੋਈ ਤੇ ਇਨਸ਼ਾਅੱਲਾ ਫੇਰ ਵੀ ਭਰਾਵਾਂ ਵੇਖਣੀ ਹੈ ਤੇ ਹੁਣ ਜੇ ਕਿਸੇ ਭਰਾ ਦੇ ਸਮਝ 'ਚ ਆ ਗਈ ਨਾ ਮੌਲਵੀ ਜੀ ਉਹ ਕਿਤਨੇ ਦੀ ਦੇ ਦਰਨੀ ਹੈ ਜਿਹੜੇ ਭਰਾ ਦੇ ਹੁਣ ਕਿਸੇ ਇਸ ਹਾਲਤ ਵਿੱਚ ਪਸੰਦ ਆ ਜੇ ਤੇ 5,10,000 ਰੁਪਈਆ ਵੇ ਬਲਾਲ ਜਿਹੜੀ ਦੇ ਛੱਡਣੀ ਹੈ। ਠੀਕ ਹੈ, ਰੇਟ ਕਰੀਏ ਤੇ ਇਹਦਾ 5.5 ਕਰੀ ਦਾ ਵੇ। ਠੀਕ ਹੈ, 5,00,000 ਤੇ 10,000 ਦੀ ਮੱਝ ਦੇ ਫਾਈਨਲ ਦੇ ਦਰਨੀ ਹੈ ਜਿਹੜੇ ਵੀ ਕਿਸੇ ਭਰਾ ਦੇ ਪਸੰਦ ਆ ਗਈ ਜਾਂ ਜ਼ਿਲ੍ਹਾ ਤਹਿਸੀਲ ਗੁਜਰਾਤ ਪਿੰਡ ਕੰਗਸਾਲੀ ਜਾਂ ਮਾਸ਼ਾਅੱਲਾ ਮਾਈ ਭਰਾਵਾਂ ਦੇ ਸਾਹਮਣੇ ਦੂਸਰਾ ਸਵਾ ਮਾਈ ਨੇ ਲਾਣਾ 20 ਦਿਨ ਨੇ ਜਿਹੜੇ ਉਹ ਮਾਈ ਇਸ ਟਾਈਮ ਲੈਂਦੀ ਜਿਹੜੇ ਡੇਟ ਵਿੱਚ ਮਾਈ ਦੇ ਘੱਟ ਨੇ ਜਾਂ ਪਿਛਲੇ ਸਵੇ ਮਾਝ 14-15 ਕਿਲੋ ਦੁੱਧ ਆਪਣੀ ਰੂਟੀਨ ਨਾਲ ਦੁੱਧ ਦਿੰਦੀ ਰਹੀ ਹੈ ਪੱਠਿਆਂ ਦੇ ਹਿਸਾਬ 'ਤੇ, ਕੋਈ ਗਵਾਲ ਛਾਲ 'ਤੇ ਨਹੀਂ ਹੈ ਮਾਈ ਦੁੱਧ ਦਿੰਦੀ ਰਹੀ। ਬਾਕੀ ਅੱਲਾਹ ਪਾਕ ਹੈਰ ਕਰੇ ਇਨਸ਼ਾਅੱਲਾ ਅਗਲੀ ਵੀਡੀਓ ਦੇ ਨਾਲ ਫਿਰ ਭਰਾਵਾਂ ਨੂੰ ਮਿਲਾਂਗੇ ਇਸੇ ਵੀਡੀਓ ਦੇ ਨਾਲ। ਦੋ ਜਾਤ ਰੱਬ ਰੱਖਾ ਅੱਲਾ ਸਮਝ ਵਾਲੇ ਮੌਲਵੀ ਨਾਰੇ ਦੀ ਆਵਾਜ਼ ਆਵੇ ਤਾਂ ਆਈ ਦਾਰੇ ਹਤਮੇ ਨਬੂਅਤ ਜ਼ਿੰਦਾਬਾਦ ਪਾਕਿਸਤਾਨ ਜ਼ਿੰਦਾਬਾਦ।